Today I'm going to give you one more cue card from September to December list. So watch this video till the end, because in which we can find vocabulary as well as an idioms. Now let's start. First of all, look at the statement. Describe a difficult thing you did and succeeded. Means koi tusi difficult cheez kiti te ode vich successful bane. Your sub points are what it was, ek easy, how did you complete it, tusi inu complete kiven kita, why it was a difficult, a difficult kyon si, and how you felt about doing it, te tusi ede layi kiven feel kita. First of all, we look at the journal line, thus then answers the all these cues. Learning is a such a process which always allows to kill two birds with a one stone for common individuals. This is an idiom, kill two birds with a one stone. ਇਹਦਾ ਮਤਲਬ ਦਵਾ ਇੱਕ ਤੀਰ ਨਾਲ ਜਿਹਨੂੰ ਆਪਾਂ ਕਹਿੰਦੇ ਦੋ ਨਿਸ਼ਾਨੇ ਲਗਾਉਣਾ. ਇਹਦਾ ਮੀਨਿੰਗ ਇਸ ਲਾਈਨ ਦਾ ਵੀ ਲਰਨਿੰਗ ਇੱਕ ਅਜਿਹਾ ਪ੍ਰੋਸੈਸ ਆ ਵਿਚ ਆਲਵੇਜ ਅਲਾਊ, ਜਿਹੜਾ ਕਿ ਹਮੇਸ਼ਾ ਅਲਾਊ ਕਰਦਾ ਵਾ ਟੂ ਬਰਡਸ ਕਿਲ ਕਰਨ ਦੇ ਲਈ ਵਿਦ ਵਨ ਸਟੋਨ, ਮਤਲਬ ਦੋ ਕੰਮ ਕਰਨ ਦੇ ਲਈ ਇੱਕ ਤੀਰ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਫੋਰ ਅ ਕਾਮਨ ਇੰਡੀਵਿਜੁਅਲ, ਆਮ ਲੋਕਾਂ ਲਈ. ਐਜ ਫਾਰ ਐਜ ਆਈ ਐਮ ਕੰਸਰਨਡ, ਜਿੱਥੋਂ ਤੱਕ ਮੇਰੀ ਗੱਲ ਹੈ, ਦਿਸ ਇਜ਼ ਐਨ ਕਨੈਕਟਰ, ਆਈ ਬਿਲੀਵ ਇਨ ਲਰਨਿੰਗ, ਮੈਂ ਲਰਨਿੰਗ 'ਚ ਬਿਲੀਵ ਕਰਦੀ ਹਾਂ ਬਾਈ ਬੀਇੰਗ ਅ ਲਰਨਰ, ਇੱਕ ਲਰਨਰ ਹੋਣ ਦੇ ਨਾਤੇ, ਮੀਨਸ ਇੱਕ ਸਟੂਡੈਂਟ ਹੋਣ ਦੇ ਨਾਤੇ. ਐਂਡ ਹੇਅਰ ਆਈ ਵੁੱਡ ਲਾਈਕ ਟੂ ਨਰੇਟ ਅਬਾਊਟ ਵਨ ਸੱਚ ਪਰਟੀਕੁਲਰ ਟਾਸਕ ਬਾਈ ਖੁਡ ਆਫ ਮਾਈ ਹਾਰਟ ਵਿਚ ਵਾਜ ਅ ਆਰਡੂਅਸ ਫੋਰ ਮੀ, ਹਾਊ ਐਵਰ ਆਈ ਡਿਡ ਐਂਡ ਬਿਕੇਮ ਐਕਸਲ ਇਨ ਇਟ. ਇਹਦੇ ਵਿੱਚ ਮੈਂ ਕਿਹਾ ਵੀ ਜਿੱਥੋਂ ਤੱਕ ਮੇਰੀ ਗੱਲ ਹੈ, ਐਜ ਫਾਰ ਐਜ ਆਈ ਐਮ ਕੰਸਰਨਡ, ਇੱਕ ਕਨੈਕਟਰ ਹੈ ਜਿਹਦਾ ਹੁੰਦਾ ਵੀ ਜਿੱਥੋਂ ਤੱਕ ਮੇਰੀ ਗੱਲ ਹੈ, ਆਈ ਬਿਲੀਵ ਇਨ ਲਰਨਿੰਗ, ਮੈਂ ਲਰਨਿੰਗ 'ਚ ਬਿਲੀਵ ਕਰਦੀ ਹਾਂ ਕਿਉਂਕਿ ਮੈਂ ਇੱਕ ਸਟੂਡੈਂਟ ਹਾਂ ਬਾਈ ਬੀਇੰਗ ਅ ਸਟੂਡੈਂਟ ਔਰ ਬਾਈ ਬੀਇੰਗ ਅ ਲਰਨਰ. ਐਂਡ ਹੇਅਰ ਆਈ ਵੁੱਡ ਲਾਈਕ ਟੂ ਨਰੇਟ ਅਬਾਊਟ, ਇੱਥੇ ਆਪਾਂ ਲਿਖਦੇ ਨਾ ਹੇਅਰ ਆਈ ਐਮ ਗੋਇੰਗ ਟੂ ਟਾਕ ਅਬਾਊਟ, ਯੂ ਕੈਨ ਸਪੀਕ, ਹੇਅਰ ਆਈ ਵੁੱਡ ਲਾਈਕ ਟੂ ਨਰੇਟ ਅਬਾਊਟ ਵਨ ਸੱਚ ਪਰਟੀਕੁਲਰ ਟਾਸਕ, ਇੱਕ ਪਰਟੀਕੁਲਰ ਟਾਸਕ ਦੱਸਣ ਲੱਗੀ ਹਾਂ. ਬਾਈ ਕੋਰ ਆਫ ਮਾਈ ਹਾਰਟ ਇੱਕ ਫਰੇਜ਼ ਹੈ ਜਿਹਦਾ ਮੀਨਿੰਗ ਹੁੰਦਾ ਬਾਈ ਹਾਰਟ ਤੋਂ ਮੈਂ ਟਾਸਕ ਦੱਸਣ ਲੱਗੀ ਹਾਂ. ਵਿਚ ਵਾਜ ਅ ਆਰਡੂਅਸ ਫੋਰ ਮੀ, ਆਰਡੂਅਸ ਮੀਨਸ ਡਿਫੀਕਲਟ, ਮੇਰੇ ਲਈ ਸੀ. ਹਾਊ ਐਵਰ ਫਿਰ ਵੀ ਆਈ ਡਿਡ ਐਂਡ ਬਿਕੇਮ ਐਕਸਲ, ਐਕਸਲ ਮੀਨਸ ਸਕਸੈਸਫੁਲ ਇਨ ਇਟ. ਦਿਸ ਇਜ਼ ਨਨ ਅਦਰ ਦੈਨ ਰਾਈਡਿੰਗ ਸਕੂਟਰ, ਇਹ ਕੋਈ ਹੋਰ ਨਹੀਂ ਰਾਈਡਿੰਗ ਸਕੂਟਰ ਆ. ਐਜ਼ ਆਈ ਵਿਵਰਲੀ ਰਿਮੈਂਬਰ, ਮੈਨੂੰ ਪੂਰੀ ਤਰ੍ਹਾਂ ਆਈ ਵਿਵਰਲੀ ਰੈਮਨੈਂਸ, ਰੈਮਨੈਂਸ ਮੀਨਸ ਰਿਮੈਂਬਰ, ਯਾਦ ਆ. ਔਰ ਲਾਸਟ ਈਅਰ ਮਾਈ ਫਾਦਰ ਗਿਫਟਡ ਮੀ ਦਿਸ ਟੂ ਵੀਲਰ ਵਹੀਕਲ, ਮੀਨਸ ਮੈਨੂੰ ਇਹ ਟੂ ਵੀਲਰ ਵਹੀਕਲ ਦਿੱਤਾ, ਮੈਨੂੰ ਮੀਨਸ ਸਕੂਟਰ, ਟੂ ਔਨ ਮਾਈ ਨੈਟਲ ਡੇ, ਨੈਟਲ ਡੇ ਮੀਨਸ ਬਰਥਡੇ. ਟੂ ਬੀ ਟੋਟਲੀ ਅਪ ਫਰੰਟ, ਟੂ ਬੀ ਟੋਟਲੀ ਅਪ ਫਰੰਟ ਦਾ ਮੀਨਿੰਗ ਆਨੈਸਟਲੀ ਸਪੀਕਿੰਗ, ਆਈ ਵਾਜ਼ ਅ ਹੋਪਲੈਸ ਟੂ ਰਾਈਡ ਅ ਸਕੂਟਰ ਇਵਨ ਅ ਵਕੇਟ ਪਲੇਸ, ਮੀਨਸ ਮੈਨੂੰ ਜਦੋਂ ਆਪਾਂ ਕਹਿੰਦੇ ਨਾ ਆਈ ਡੂ ਨੋਟ ਨੋ, ਔਰ ਯੂ ਕੈਨ ਸੇ ਆਈ ਡਿਡ ਨੋਟ ਨੋ ਅਬਾਊਟ ਦਿਸ, ਇਨਸਟੈਡ ਆਫ ਦਿਸ ਯੂ ਕੈਨ ਯੂਜ਼ ਦਿਸ ਵਨ ਫਰੇਜ਼, ਆਈ ਵਾਜ਼ ਅ ਹੋਪਲੈਸ, ਮੀਨਸ ਮੈਨੂੰ ਨੌਲੇਜ ਨਹੀਂ ਸੀਗੀ. ਟੂ ਰਾਈਡ ਅ ਸਕੂਟਰ ਇਵਨ ਅ ਵਕੇਟ ਪਲੇਸ, ਵੈਕੈਂਟ ਪਲੇਸ ਮੀਨਸ ਐਮਪਟੀ ਪਲੇਸ, ਮੀਨਸ ਖਾਲੀ ਰੋਡ ਜਿਹਨੂੰ ਆਪਾਂ ਕਹਿ ਸਕਦੇ ਹਾਂ. ਬਟ ਲਰਨਿੰਗ ਇਟ ਵਾਜ ਅ ਮੋਮੈਂਟਸ ਫੋਰ ਮੀ, ਬਟ ਇਹਨੂੰ ਸਿੱਖਣਾ ਮੇਰੇ ਲਈ ਬਹੁਤ ਹੀ ਜ਼ਰੂਰੀ ਸੀ. ਮੋਮੈਂਟਸ ਆ ਮੀਨਸ ਇੰਪੋਰਟੈਂਟ, ਬਿਕੋਜ ਆਈ ਹੈਡ ਟੂ ਅੰਡਰਗੋ ਪ੍ਰਡਾਈਸਮੈਂਟ ਇਨ ਕੇਸ ਆਫ ਗੋਇੰਗ ਟੂ ਮਾਰਕੀਟ, ਕਿਉਂਕਿ ਮੈਨੂੰ ਫੇਸ ਕਰਨੀ ਮੀਨਸ ਇਹ ਡਿਫੀਕਲਟ ਸਿਚੁਏਸ਼ਨ, ਡਿਫੀਕਲਟ ਸਿਚੁਏਸ਼ਨ ਨੂੰ ਆਪਾਂ ਕਹਿ ਸਕਦੇ ਹਾਂ ਪ੍ਰਡਾਈਸਮੈਂਟ, ਦਿਸ ਇਜ਼ ਇਨ ਫਾਰਮਲ ਵਰਡ, ਯੂ ਕੈਨ ਆਲਸੋ ਯੂਜ਼ ਇਨ ਰਾਈਟਿੰਗ, ਐਂਡ ਦਿਸ ਵਨ ਆਲਸੋ ਇਨ ਕੇਸ ਆਫ ਗੋਇੰਗ ਟੂ ਮਾਰਕੀਟ, ਮਾਰਕੀਟ ਜਾਣ ਦੇ ਕੇਸ ਦੇ ਵਿੱਚ ਮੈਨੂੰ ਬਹੁਤ ਡਿਫੀਕਲਟ ਸਿਚੁਏਸ਼ਨ ਵਿੱਚ ਗੁਜ਼ਰਨਾ ਪੈਂਦਾ ਸੀ. ਦੇਅਰ ਫੋਰ ਆਈ ਇਨੀਸ਼ੀਏਟਡ, ਇਸ ਲਈ ਮੈਂ ਸ਼ੁਰੂ ਕੀਤਾ ਸਿੱਖਣਾ, ਟੂ ਲਰਨ ਇਟ. ਇਹਨੂੰ ਫਰੈਂਕਲੀ ਸਪੀਕਿੰਗ, ਆਈ ਪੁੱਟ ਮਾਈ ਬੈਸਟ ਫੁੱਟ ਫਾਰਵਰਡ, ਬੈਸਟ ਫੁੱਟ ਫਾਰਵਰਡ, ਪੁੱਟ ਮਾਈ ਬੈਸਟ ਫੁੱਟ ਫਾਰਵਰਡ, ਦਿਸ ਇਜ਼ ਐਨ ਈਡੀਅਮ, ਇਹਦਾ ਮਤਲਬ ਹੁੰਦਾ ਵੀ ਆਪਣਾ 100% ਦਿੱਤਾ. ਵੈਨ ਮਾਈ ਬ੍ਰਦਰ ਟੋਟ ਐਟ ਫਸਟ ਇਨ ਦਾ ਪਾਰਕ, ਜਦੋਂ ਮੇਰੇ ਬ੍ਰਦਰ ਨੇ ਮੈਨੂੰ ਸਭ ਤੋਂ ਪਹਿਲਾਂ ਪਾਰਕ ਵਿੱਚ ਸਿਖਾਇਆ, ਵਿਚ ਇਜ਼ ਲੋਕੇਟਡ ਸਟੋਨ ਥਰੋ ਅਵੇ ਮਾਈ ਹੋਮ, ਅਤੇ ਜਿਹੜਾ ਪਾਰਕ ਹੈ ਮੇਰੇ ਘਰ ਦੇ ਨੀਅਰ ਆ. ਸਟੋਨ ਥਰੋ ਅਵੇ ਇਜ਼ ਆਲਸੋ ਐਨ ਈਡੀਅਮ, ਇਟ ਮੀਨਸ ਨੀਅਰ. ਆਈ ਵਾਜ਼ ਅਵਾਰਡਡ, ਅਵੇਅਰਡ ਬਾਏ ਮਾਈ ਬ੍ਰਦਰ ਆਫ ਇਟਸ ਇਨਸ ਐਂਡ ਆਊਟਸ, ਮੇਰੇ ਬ੍ਰਦਰ ਦੇ ਦੁਆਰਾ ਮੈਨੂੰ ਸਭ ਕੁਝ ਦੱਸਿਆ ਗਿਆ. ਇਨਸ ਐਂਡ ਆਊਟ ਦਾ ਮਤਲਬ ਹੁੰਦਾ ਵਾ ਫੁੱਲ ਇਨਫੋਰਮੇਸ਼ਨ, ਦਿਸ ਇਜ਼ ਔਨ ਆਲਸੋ ਈਡੀਅਮ, ਨੇਮਲੀ ਹਾਊ ਐਂਡ ਵੈਨ ਆਈ ਨੀਡ ਟੂ ਯੂਜ਼ ਅ ਬ੍ਰੇਕਸ, ਕਿਵੇਂ ਅਤੇ ਕਦੋਂ ਮੈਨੂੰ ਬ੍ਰੇਕਸ ਯੂਜ਼ ਕਰਨ ਦੀ ਲੋੜ ਹੈ, ਐਜ਼ ਵੈਲ ਐਜ਼ ਹਾਊ ਟੂ ਕੰਟਰੋਲ ਇਟਸ ਹੈਂਡਲ, ਅਤੇ ਇਹਦੇ ਕੰਟਰੋਲ ਕਿਵੇਂ ਕਰਨਾ ਹੈਂਡਲ ਨੂੰ, ਵਾਇਲ ਰਾਈਡਿੰਗ ਇਵਨ ਅ ਕਰਾਊਡਡ ਰੋਡ, ਰਾਈਡ ਕਰਦੇ ਹੋਏ ਔਨ ਕਰਾਊਡਡ ਰੋਡ 'ਤੇ ਵੀ. ਟੂ ਟਰੂਲੀ ਸਪੀਕਿੰਗ,
I spent around a couple of weeks for becoming expert in it. मैं इधर विच मतलब इधर एक्सपर्ट बनने couple of weeks spend की थे. Although it was an uphill task for me at first. पामे मेरे लिए सब तो पहला uphill task थी. Uphill ना मतलब difficult. This is an idiom. It means difficult. By becoming a tough cookie. This is also an idiom. जिधर मतलब एक dedicated person बन के मैं I learnt it that I felt on the top of the world as I became able to go by myself alone in the market in order to fulfill the requirements of mine and my family members. On the top of the world is also an idiom. In the matlab da I was very happy. Jadon main scooty seekh rahi thi, mainu main kalli jaandi means able hogi market vich in order to fulfill means requirements apniyan te apni family members diyan pooriyan kar layi. So now we going to do the end of this cue card. Eventually, that was a marathon task. Marathon means this is a vocabulary word. It means difficult. In which I underwent, jada idh vich main guzri jinu main matlab adopt kita and succeeded. Te main safal vi hui. And that was a really electrifying experience for me. Electrifying experience da matlab unforgettable. Vi mere liye bahut hi unforgettable ja experience hi jada main hai. Task kita. This is a cue card. Hope so you must like this video and share with your friends. If you have any kind of query or a problem, you can also ask me in the comment box. Thanks.